ਦੋਸਤੋ ਜਿਸ ਕਲਾਕਾਰ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਇਹਨਾਂ ਨੇ ਜਸਪਾਲ ਪੱਟੀ ਦੇ ਸ਼ੋਅ ਫਲੋਪ ਸ਼ੋਅ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਇਹਨਾਂ ਨੂੰ ਕਈ ਹੋਰ ਪੰਜਾਬੀ ਤੇ ਸੁਪਰਹਿੱਟ ਹਿੰਦੀ ਫਿਲਮਾਂ 'ਚ ਦੇਖਿਆ ਗਿਆ ਮੈਂ ਗੱਲ ਕਰ ਰਿਹਾ ਹਾਂ ਮਰਹੂਮ ਕਾਮੇਡੀਅਨ ਐਕਟਰ ਵਿਵੇਕ ਸ਼ੌਕ ਦੀ ਜੋ ਕਿ ਪੰਜਾਬੀ ਇੰਡਸਟਰੀ ਦੇ ਨਾਲ ਹੀ ਬਾਲੀਵੁੱਡ ਦਾ ਵੀ ਇੱਕ ਜਾਣਿਆ ਪਹਿਚਾਣਿਆ ਨਾਮ ਸੀ ਤੇ ਦੋਸਤੋ ਅੱਜ ਤੁਹਾਡੇ ਨਾਲ ਉਹਨਾਂ ਦੀ ਲਾਈਫ ਤੇ ਉਹਨਾਂ ਦੀ ਮੌਤ ਦੇ ਕਾਰਨ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੇ ਜਾਣਾਂਗੇ ਕਿ ਕਿਸ ਇੱਕ ਗਲਤੀ ਕਰਕੇ ਉਹਨਾਂ ਦੀ ਛੋਟੀ ਉਮਰ 'ਚ ਹੀ ਮੌਤ ਹੋ ਗਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਗਗਨਦੀਪ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਵਿਵੇਕ ਸ਼ੌਕ ਦੇ ਬਾਰੇ ਤੇ ਉਹਨਾਂ ਦੇ ਪਰਿਵਾਰ ਦੇ ਬਾਰੇ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਉਹਨਾਂ ਦੀ ਕਿਹੜੀ ਫਿਲਮ ਤੁਹਾਡੀ ਫੇਵਰੇਟ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਵੀ ਕਰਨਾ ਨਾ ਭੁੱਲਿਓ ਮਸ਼ਹੂਰ ਲੋਕਾਂ ਤੇ ਸਿਤਾਰਿਆਂ ਬਾਰੇ ਇੰਟਰਸਟਿੰਗ ਜਾਣਕਾਰੀ ਤੇ ਬਾਇਓਗ੍ਰਾਫੀਜ਼ ਦੇਖਣ ਲਈ ਉੱਪਰ ਦਿੱਤੇ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਸੋ ਜਾਣਦੇ ਹਾਂ ਹੁਣ ਵਿਵੇਕ ਸ਼ੌਕ ਦੇ ਬਾਰੇ ਚੰਡੀਗੜ੍ਹ 'ਚ ਜਨਮੇ ਵਿਵੇਕ ਸ਼ੌਕ ਦਾ ਜਨਮ ਹੋਇਆ 21 ਜੂਨ 1963 ਨੂੰ ਛੋਟੀ ਉਮਰ 'ਚ ਹੀ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਵਿਵੇਕ ਜੀ ਨੇ ਚੰਡੀਗੜ੍ਹ ਤੋਂ ਹੀ ਆਪਣੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਅੱਗੇ ਦੀ ਪੜ੍ਹਾਈ ਚੰਡੀਗੜ੍ਹ ਦੇ ਇੰਡੋ ਸਵਿਸ ਟ੍ਰੇਨਿੰਗ ਸੈਂਟਰ ਤੋਂ ਕੀਤੀ ਐਕਟਿੰਗ ਦਾ ਸ਼ੌਕ ਰੱਖਣ ਵਾਲੇ ਵਿਵੇਕ ਸ਼ੌਕ ਨੇ ਥੀਏਟਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸਭ ਤੋਂ ਪਹਿਲਾਂ ਉਹ ਟੀਵੀ 'ਤੇ ਨਜ਼ਰ ਆਏ ਮਰਹੂਮ ਕਾਮੇਡੀਅਨ ਜਸਪਾਲ ਪੱਟੀ ਦੇ ਨਾਲ ਕਾਮੇਡੀ ਸ਼ੋਅ ਉਲਟਾ ਪੁਲਟਾ 'ਚ ਦੂਰਦਰਸ਼ਨ 'ਤੇ ਆਉਣ ਵਾਲਾ ਇਹ ਸ਼ੋਅ ਬਹੁਤ ਫੇਮਸ ਹੋਇਆ ਆਪਣੀ ਵਧੀਆ ਐਕਟਿੰਗ ਅਤੇ ਕਾਮੇਡੀ ਟਾਈਮਿੰਗ ਨਾਲ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਵਾਲੇ ਵਿਵੇਕ ਸ਼ੌਕ ਜਸਪਾਲ ਪੱਟੀ ਦੀ ਟੀਮ ਦਾ ਹਿੱਸਾ ਬਣੇ ਅਤੇ ਉਹਨਾਂ ਦੇ ਫਲੋਪ ਸ਼ੋਅ ਅਤੇ ਫੁੱਲ ਟੈਨਸ਼ਨ ਜਿਹੇ ਕਾਮੇਡੀ ਸ਼ੋਅ 'ਚ ਵੀ ਨਜ਼ਰ ਆਏ ਦੋਸਤੋ ਸਾਲ 1998 'ਚ ਵਿਵੇਕ ਸ਼ੌਕ ਨੇ ਹਿੰਦੀ ਫਿਲਮ ਬਰਸਾਤ ਕੀ ਏਕ ਰਾਤ ਦੇ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਉਹਨਾਂ ਦੀ ਅਸਲ ਪਹਿਚਾਣ ਬਣੀ 2001 'ਚ ਰਿਲੀਜ਼ ਹੋਈ ਫਿਲਮ ਗਦਰ ਏਕ ਪ੍ਰੇਮ ਕਥਾ ਇਸ ਫਿਲਮ 'ਚ ਉਹਨਾਂ ਦਾ ਕਿਰਦਾਰ ਬਹੁਤ ਫੇਮਸ ਹੋਇਆ ਅਤੇ ਸਨੀ ਦਿਓਲ ਦੇ ਨਾਲ ਹੀ ਉਹਨਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫਿਲਮ ਰਹੀ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ 'ਚ ਦੇਖਿਆ ਗਿਆ ਵਿਵੇਕ ਸ਼ੌਕ 50 ਤੋਂ ਵੀ ਵੱਧ ਹਿੰਦੀ ਫਿਲਮਾਂ 'ਚ ਨਜ਼ਰ ਆਏ ਜਿਨ੍ਹਾਂ 'ਚੋਂ ਕੁਝ ਸੁਪਰਹਿੱਟ ਫਿਲਮਾਂ ਦੇ ਨਾਮ ਲਈਏ ਤਾਂ 36 ਚਾਈਨਾ ਟਾਊਨ ਹਮਕੋ ਦੀਵਾਨਾ ਕਰ ਗਏ ਟੈਂਗੋ ਚਾਰਲੀ ਐਤਰਾਜ਼ ਕੋਈ ਮਿਲ ਗਿਆ ਦਮ ਇੰਡੀਅਨ ਅਤੇ ਹੋਰ ਵੀ ਕਈ ਹਿੱਟ ਫਿਲਮਾਂ 'ਚ ਦਿਖਾਈ ਦਿੱਤੇ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਵਿਵੇਕ ਸ਼ੌਕ ਨਜ਼ਰ ਆਏ ਜਸਪਾਲ ਪੱਟੀ ਦੀ 1999 'ਚ ਰਿਲੀਜ਼ ਹੋਈ ਫਿਲਮ ਮਾਹੌਲ ਠੀਕ ਹੈ ਇਸ ਤੋਂ ਬਾਅਦ ਯਾਰਾਂ ਨਾਲ ਬਾਹਰਾਂ ਮਿੱਟੀ ਵਾਜਾਂ ਮਾਰਦੀ ਚੱਕਦੇ ਫੱਟੇ ਆਪਣੀ ਬੋਲੀ ਆਪਣਾ ਦੇਸ਼ ਲੱਗਦਾ ਇਸ਼ਕ ਹੋ ਗਿਆ ਮਿੰਨੀ ਪੰਜਾਬ ਨਲੈਕ ਅਸਾਨੂੰ ਮਾਣ ਵਤਨਾਂ ਦਾ ਜੀਆਂ ਨੂੰ ਅਤੇ ਦ ਲਾਈਨ ਆਫ ਪੰਜਾਬ ਫਿਲਮਾਂ ਦੇ ਨਾਲ ਹੀ ਕੁਝ ਹੋਰ ਫਿਲਮਾਂ 'ਚ ਵੀ ਨਜ਼ਰ ਆਏ ਪੰਜਾਬੀ ਫਿਲਮਾਂ ਦੇ ਨਾਲ ਹੀ ਬਾਲੀਵੁੱਡ 'ਚ ਵੀ ਉਹ ਆਪਣਾ ਚੰਗਾ ਨਾਮ ਬਣਾ ਚੁੱਕੇ ਸੀ ਵਿਵੇਕ ਸ਼ੌਕ ਇਹਨਾਂ ਫਿਲਮਾਂ ਦੇ ਨਾਲ ਹੀ ਨੋਕੀਆ ਵੈਸਮੋਲ ਅਤੇ HCL ਕੰਪਿਊਟਰਸ ਜਿਹੀਆਂ ਕਈ TV ਕਮਰਸ਼ਲ ਐਡਸ ਲਈ ਵੀ ਕੰਮ ਕਰ ਚੁੱਕੇ ਨੇ ਦੋਸਤੋ ਵਿਵੇਕ ਦੀ ਮੌਤ ਦੀ ਗੱਲ ਕਰੀਏ ਤਾਂ ਉਹ TV 'ਤੇ ਫਿੱਟ ਅਤੇ ਹੈਂਡਸਮ ਨਜ਼ਰ ਆਉਣ ਲਈ ਆਪਣਾ ਵਜ਼ਨ ਘਟਾ ਰਹੇ ਸੀ ਜਿਸ ਲਈ ਉਹ ਕਾਫ਼ੀ ਮਿਹਨਤ ਵੀ ਕਰ ਰਹੇ ਸੀ ਪਰ ਕੋਈ ਫਰਕ ਨਾ ਪੈਂਦਾ ਵੇਖ ਉਹਨਾਂ ਨੇ ਲਿਪੋਸਕਸ਼ਨ ਸਰਜਰੀ ਕਰਵਾਉਣ ਦਾ ਫੈਸਲਾ ਲਿਆ ਜਿਸ ਲਈ ਉਹਨਾਂ ਨੇ ਥਾਣੇ ਦੇ ਇੱਕ ਨਰਸਿੰਗ ਹੋਮ 'ਚ 3 ਜਨਵਰੀ 2011 ਨੂੰ ਸਰਜਰੀ ਕਰਵਾਈ ਪਰ ਸਰਜਰੀ ਦੀ ਥੋੜ੍ਹੀ ਦੇਰ ਬਾਅਦ ਹੀ ਉਹਨਾਂ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ ਜਿਸ ਕਰਕੇ ਉਹਨਾਂ ਨੂੰ 3 ਵਾਰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਹਨਾਂ ਨੂੰ ਜੁਪੀਟਰ ਹੋਸਪਿਟਲ ਲੈ ਕੇ ਜਾਇਆ ਗਿਆ ਦਿਲ ਕੰਮ ਕਰਨਾ ਬੰਦ ਕਰ ਚੁੱਕਾ ਸੀ ਉਹਨਾਂ ਨੂੰ ਲਾਈਫ ਸਪੋਰਟ 'ਤੇ ਰੱਖਿਆ ਗਿਆ ਜਿਸ ਤੋਂ ਬਾਅਦ ਉਹ ਕੋਮਾ 'ਚ ਚਲੇ ਗਏ ਅਤੇ ਉਹਨਾਂ ਦੀ 10 ਜਨਵਰੀ 2011 ਨੂੰ ਮੌਤ ਹੋ ਗਈ ਉਹਨਾਂ ਦੀ ਮੌਤ ਤੋਂ ਬਾਅਦ ਪਤਾ ਲੱਗਿਆ ਕਿ ਸਾਲ 2003 'ਚ ਉਹਨਾਂ ਦਾ ਐਂਜੋਪਲਾਸਟੀ ਓਪਰੇਸ਼ਨ ਹੋ ਚੁੱਕਾ ਸੀ ਅਤੇ 3 ਸਟੰਟ ਵੀ ਉਹਨਾਂ ਦੇ ਹਾਰਟ 'ਚ ਪਾਏ ਗਏ ਸੀ ਜਿਸ ਕਰਕੇ ਉਹਨਾਂ ਨੂੰ ਖੂਨ ਨੂੰ ਪਤਲਾ ਕਰਨ ਲਈ ਐਸਪ੍ਰਿਨ ਅਤੇ ਕਲੋਪੀਡੋਗ੍ਰਿਲ ਨਾਮ ਦੀਆਂ ਦਵਾਈਆਂ ਲੈਣ ਲਈ ਕਿਹਾ ਗਿਆ ਪਰ ਵਜ਼ਨ ਘਟਾਉਣ ਦੇ ਓਪਰੇਸ਼ਨ ਹੋਣ ਤੋਂ ਪਹਿਲਾਂ ਉਹਨਾਂ ਨੇ ਇਹ ਦਵਾਈਆਂ ਲੈਣੀਆਂ ਬੰਦ ਕਰਤੀਆਂ ਅਤੇ ਆਪਣੀ ਮੈਡੀਕਲ ਹਿਸਟਰੀ ਬਾਰੇ ਵੀ ਉਹਨਾਂ ਨੇ ਡਾਕਟਰ ਨੂੰ ਨਹੀਂ ਦੱਸਿਆ ਅਤੇ ਇਹੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ ਅਤੇ 47 ਸਾਲ ਦੀ ਉਮਰ 'ਚ ਉਹ ਇਸ ਜਹਾਨ ਤੋਂ ਰੁਖਸਤ ਹੋ ਗਏ ਜੇ ਵਿਵੇਕ ਸ਼ੌਕ ਇਸ ਸਰਜਰੀ ਤੋਂ ਪਹਿਲਾਂ ਡਾਕਟਰ ਨਾਲ ਕੰਸਲਟ ਕਰ ਲੈਂਦੇ ਤਾਂ ਹੋ ਸਕਦਾ ਸੀ ਕਿ ਅੱਜ ਵੀ ਅਸੀਂ ਉਹਨਾਂ ਨੂੰ ਕਈ ਹਿੰਦੀ ਪੰਜਾਬੀ ਫਿਲਮਾਂ 'ਚ ਦੇਖ ਰਹੇ ਹੁੰਦੇ ਦੋਸਤੋ ਆਪਣੀ ਮੌਤ ਤੋਂ ਬਾਅਦ ਉਹ ਆਪਣੇ ਪਿੱਛੇ ਪਤਨੀ 2 ਬੇਟੀਆਂ ਸਾਧਿਕਾ ਸ਼ੌਕ ਮੁਧੀਤਾ ਸ਼ੌਕ ਅਤੇ 1 ਬੇਟਾ ਸੁਨਿਸ਼ਟ ਸ਼ੌਕ ਛੱਡ ਗਏ ਇਸ ਸਮੇਂ ਉਹਨਾਂ ਦਾ ਸਾਰਾ ਪਰਿਵਾਰ ਮੁੰਬਈ 'ਚ ਹੀ ਰਹਿ ਰਿਹਾ ਹੈ ਵਿਵੇਕ ਸ਼ੌਕ ਦੇ ਜਾਣ ਕਰਕੇ ਉਹਨਾਂ ਦੇ ਪਰਿਵਾਰ ਅਤੇ ਪੰਜਾਬੀ ਇੰਡਸਟਰੀ ਤੋਂ ਘਾਟਾ ਪਿਆ ਹੀ ਪਰ ਬਾਲੀਵੁੱਡ ਦੇ ਵੀ ਕਈ ਵੱਡੇ ਸਿਤਾਰਿਆਂ ਨੂੰ ਇਸ ਗੱਲ ਦਾ ਦੁੱਖ ਪਹੁੰਚਿਆ ਸੀ ਜਿਨ੍ਹਾਂ 'ਚ ਉਹਨਾਂ ਦੇ ਦੋਸਤ ਸਨੀ ਦਿਓਲ ਅਤੇ ਅਕਸ਼ੇ ਕੁਮਾਰ ਵੀ ਸੀ ਦੋਸਤੋ ਵਿਵੇਕ ਸ਼ੌਕ ਭਾਵੇਂ ਇਸ ਦੁਨੀਆ ਤੋਂ ਕਾਫ਼ੀ ਸਮੇਂ ਪਹਿਲਾਂ ਹੀ ਰੁਖਸਤ ਹੋ ਚੁੱਕੇ ਨੇ ਪਰ ਉਹਨਾਂ ਦੀਆਂ ਫਿਲਮਾਂ ਨੇ ਉਹਨਾਂ ਨੂੰ ਅੱਜ ਵੀ ਜਿਉਂਦਾ ਰੱਖਿਆ ਹੋਇਆ ਵਿਵੇਕ ਸ਼ੌਕ ਅਤੇ ਸਨੀ ਦਿਓਲ ਦੀ ਗਦਰ ਫਿਲਮ ਤਾਂ ਸਭ ਨੂੰ ਪਸੰਦ ਹੀ ਆਉਣੀ ਹੈ ਇਸ ਤੋਂ ਇਲਾਵਾ ਵੀ ਤੁਹਾਨੂੰ ਕੋਈ ਫਿਲਮ ਜਾਂ ਸੀਰੀਅਲ ਪਸੰਦ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਜਾਣਕਾਰੀ ਬਾਰੇ ਵੀ ਆਪਣੇ ਵਿਚਾਰ ਕਮੈਂਟਸ ਰਾਹੀਂ ਜ਼ਰੂਰ ਸਾਂਝੇ ਕਰਿਓ ਜੇ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਹੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਵੀ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਇੱਕ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ ਚੈਨਲ ਅਪਡੇਟਸ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ 'ਤੇ ਪ੍ਰੈਸ ਕਰੋ